ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਅੰਮ੍ਰਿਤਸਰ ਦੇ ਟੇਲਰ ਰੋਡ ਉੱਤੇ ਸਥਿਤ ਮਨੀ ਐਕਸਚੇਂਜ ਦੁਕਾਨ ਦੀਆਂ ਹਨ, ਜਿੱਥੇ ਦੋ ਹਥਿਆਰਬੰਦ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਦੇ ਨਾਲ ਦੁਕਾਨ ਅੰਦਰ ਵੜ ਤੇ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ਉੱਤੇ ਲੁੱਟਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਨੇ ਜਦ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਤਾਂ ਲੁਟੇਰਿਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਪਰ ਫਿਰ ਵੀ ਦੁਕਾਨਦਾਰ ਉਹਨਾਂ ਨੂੰ ਕਿਸੇ ਤਰੀਕੇ ਬਾਹਰ ਲੈ ਆਇਆ, ਜਿੱਥੇ ਲੁਟੇਰਿਆਂ ਨੇ ਦਹਿਸ਼ਤ ਪਾਉਣ ਲਈ ਹਵਾਈ ਫਾਇਰ ਤੱਕ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਸਾਰੀ ਘਟਨਾ CCTV ਵਿੱਚ ਕੈਦ ਹੋ ਗਈ। ਕਿੰਨੇ ਬੰਦੇ ਸੀ ਭਾਈ? ਦੋ ਬੰਦੇ ਸੀਗੇ, ਇੱਕ ਨੇ ਹੈਲਮਟ ਪਾਇਆ ਸੀ, ਇੱਕ ਨੇ ਮੂੰਹ ਤੇ ਰੁਮਾਲ ਬੰਨਿਆ, ਟੋਪੀ ਪਾਈ ਸੀ। ਤੇ ਹੌਲੀ ਜਿਹੀ ਉਮਰ ਦੇ ਮੁੰਡੇ ਕੋਈ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਜਿਹੜਾ ਚਾਕੂ ਮਾਰ ਰਿਹਾ ਉਹਦੇ ਸਾਹਮਣੇ ਖੜਾ ਹੈ, ਬਿਲਕੁਲ ਪਤਲਾ ਜਿਹਾ। ਗੋਲੀਆਂ ਵੀ ਚਲਾਈਆਂ ਗਈਆਂ ਜੀ? ਇੱਕ ਚੱਲੀ ਆ ਗੋਲੀ, ਉਹ ਮੇਰੇ ਸਾਹਮਣੇ ਨਹੀਂ ਚੱਲੀ, ਉਹ ਪਹਿਲਾਂ ਹੀ ਚੱਲੀ, ਕਿਉਂਕਿ ਉਹਦੀ ਆਵਾਜ਼ ਸੁਣ ਕੇ ਤਾਂ ਅਸੀਂ ਬਾਹਰ ਆਏ, ਸੋਚਿਆ ਪਹਿਲਾਂ ਵੀ ਵੱਡਾ ਕੱਪ ਡੁੱਬਾ ਚੱਲਿਆ। ਉਹਦੇ ਪੇਟ 'ਤੇ ਚਾਕੂ ਲੱਗਾ, ਉਹਦੀ ਬਾਂਹ ਦੇ ਵਿੱਚ ਗੋਲੀ ਚੱਲੀ ਸੀਗੀ। ਉਹਦੇ ਵੱਲ ਉਹ ਜਿਸ ਤਰ੍ਹਾਂ ਦੱਸ ਰਹੇ ਮੁੰਡੇ, ਕਹਿੰਦੇ ਗੋਲੀ ਉਹਦੇ ਵੱਲ ਹੀ ਚੱਲੀ ਸੀ, ਪਰ ਉਹਦਾ ਬਚਾਅ ਹੋ ਗਿਆ। ਦੂਜੇ ਪਾਸੇ ਮੌਕੇ ਉੱਤੇ ਪੁੱਜੇ DCP ਜਗਮੋਹਨ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਜ਼ਖਮੀ ਹੋ ਗਿਆ ਤੇ ਪੁਲਿਸ ਵੱਲੋਂ CCTV ਫੁਟੇਜ ਦੇ ਆਧਾਰ ਉੱਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਟੇਲਰ ਰੋਡ 'ਤੇ ਵੈਸਟਰਨ ਯੂਨੀਅਨ ਦੀ ਜਿਹੜੀ ਸ਼ੋਪ ਸੀਗੀ, ਉੱਥੇ ਦੋ ਵਿਅਕਤੀ ਆਏ ਜਿਹੜੇ ਮੋਟਰਸਾਈਕਲ 'ਤੇ ਸਵਾਰ ਸੀਗੇ, ਉਹ ਜਾ ਕੇ ਇਹਨਾਂ ਦੀ ਦੁਕਾਨ ਦੇ ਅੰਦਰ ਵੜੇ ਅਤੇ ਨਾਲ ਹੀ ਜਿਹੜਾ ਇਹਨਾਂ ਨਾਲ ਹੱਥੋਪਾਈ ਹੋਣਾ ਸ਼ੁਰੂ ਹੋ ਗਏ। ਉਸ ਤੋਂ ਬਾਅਦ ਹੱਥੋਪਾਈ ਹੁੰਦੇ ਬਾਹਰ ਆਏ ਅਤੇ ਜਿਹੜਾ ਇੱਕ ਵਿਅਕਤੀ ਦੇ ਉਹਨਾਂ ਨੇ ਜਿਹੜੇ ਚਾਕੂ ਦੇ ਨਾਲ ਹਮਲਾ ਕੀਤਾ, ਅਤੇ ਇਸੇ ਦੌਰਾਨ ਹੀ ਉੱਥੇ ਪਬਲਿਕ ਇਕੱਠੀ ਹੋ ਗਈ ਅਤੇ ਉਹ ਦੋਨਾਂ ਨੇ ਦੌੜ ਲਿਆ। ਇੱਕ ਫਾਇਰ ਹੋਇਆ ਉੱਥੇ, ਜਿਹੜਾ ਪਤਾ ਲੱਗਿਆ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਕਿ ਜਿਹੜਾ ਦੇਸੀ ਕੱਟਾ ਸੀਗਾ ਉਹਦੇ ਨਾਲ ਇੱਕ ਫਾਇਰ ਹੋਇਆ। ਅਸੀਂ ਜਿਹੜਾ ਹੈਗੀ ਇਹਦੀ ਤਫਤੀਸ਼ ਕਰ ਰਹੇ ਹਾਂ, ਸਾਡੇ CAA ਦੀ ਟੀਮ, ਸਾਡੇ ACP ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹ ਤਫਤੀਸ਼ ਕਰ ਰਹੇ ਆ। ਅੰਤ ਤੁਹਾਨੂੰ ਦੱਸ ਦਈਏ ਕਿ ਬਹਾਦਰ ਦੁਕਾਨਦਾਰ ਫਿਲਹਾਲ ਤੇਜ਼ਧਾਰ ਹਥਿਆਰ ਨਾਲ ਹੋਏ ਹਮਲੇ ਕਾਰਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ ਅਤੇ ਇਸ ਵੇਲੇ ਜ਼ੇਰੇ ਇਲਾਜ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।